ਸਤਗੁਰ ਜੀ ਦੀ અપਾਰ ਕਿਰਪਾ ਦੇ ਸਦਕਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤ ਸੰਗ ਜੀ ਪਿਆਰਿਓ ਸਤਗੁਰ ਜੀ ਨੇ ਕਿਰਪਾ ਕੀਤੀ ਕਿ ਅੰਮ੍ਰਿਤ ਵੇਲੇ ਤੋਂ ਮਾਲਕ ਜੀ ਦੀ ਹਜ਼ੂਰੀ ਅੰਦਰ ਬੈਠ ਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਕਰ ਰਹੇ ਹਾ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਆਪ ਸਭਨਾ ਦੀ ਹਾਜ਼ਰੀ ਨੂੰ ਆਪਣੇ ਚਰਨਾਂ ਕਮਲਾ ਪਾਸ ਪ੍ਰਵਾਨ ਕਰੇ ਆਓ ਅੱਜ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਮਾਲਕ ਜੀ ਦੇ ਚਰਨਾਂ 'ਚ ਲਗਵਾਏ ਹਾਜ਼ਰੀ ਦੋਵੇਂ ਹੱਥ ਜੋੜ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਾਲਕ ਜੀ ਨੇ ਕਿਰਪਾ ਕੀਤੀ ਕਿ ਸਾਨੂੰ ਅੱਜ ਸ਼ੁੱਕਰਵਾਰ ਵਾਲੇ ਦਿਨ ਸਤਗੁਰ ਜੀ ਨੇ ਵਾਰ ਸੱਤ ਦੇ ਵਿੱਚ ਜੋ ਸ਼ੁੱਕਰਵਾਰ ਦਾ ਉਪਦੇਸ਼ ਦਿੱਤਾ ਹੈ ਕਿ ਮਨੁੱਖ ਨੇ ਸ਼ੁੱਕਰਵਾਰ ਨੂੰ ਕੀ ਕਰਨਾ ਹੈ ਅੱਜ ਆਪਾਂ ਉਸ ਉਪਦੇਸ਼ ਦੀ ਗੱਲ ਕਰਾਂਗੇ ਸੰਗਤ ਜੀ ਚੇਤੇ ਰੱਖਿਓ ਉਹ ਸਿੱਖਿਆ ਸਿੱਖਿਆ ਰਹਿ ਜਾਂਦੀ ਹੈ ਜਿਹੜੀ ਸਿੱਖਿਆ ਦੀ ਕਦੇ ਪ੍ਰੀਖਿਆ ਨਹੀਂ ਪੈਂਦੀ ਜਾਣਦੇ ਹੋ ਉਹ ਸਿੱਖਿਆ ਦੀ ਵੈਲਿਊ ਉਦੋਂ ਹੀ ਪਏਗੀ ਜਦੋਂ ਉਹ ਸਿੱਖਿਆ ਦੀ ਪ੍ਰੀਖਿਆ ਪਏਗੀ ਮੇਰਾ ਕਹਿੰਦਾ ਭਾਵ ਬੱਚੇ ਨੂੰ ਸਾਰਾ ਸਾਲ ਸਕੂਲ ਚ ਪੜਾਇਆ ਜਾਣਾ ਹੈ ਸਾਰਾ ਸਾਸ ਸਿਖਾਇਆ ਜਾਂਦਾ ਆ ਉਸ ਸਿੱਖਿਆ ਦਿੱਤੀ ਜਾਂਦੀ ਹੈ ਫਿਰ ਇੱਕ ਦਿਨ ਐਸਾ ਆਉਂਦਾ ਕਿ ਉਸ ਬੱਚੇ ਦੀ ਪ੍ਰੀਖਿਆ ਲਈ ਜਾਂਦੀ ਹੈ ਕਿ ਹੁਣ ਜੋਤ ਨੂੰ ਸਿਖਾਇਆ ਉਹਦੀ ਆਪਾਂ ਨੇ ਹੁਣ ਪ੍ਰੀਖਿਆ ਲੈਣੀ ਹੈ ਜਿਹੜਾ ਬੱਚਾ ਉਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਿਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦਾ ਆ ਅਗਾ ਵਾਦਾ ਆ ਪਰ ਜਿਹੜਾ ਉਸ ਪ੍ਰੀਖਿਆ ਦੇ ਵਿੱਚੋਂ ਫੇਲ ਹੋ ਗਿਆ ਮਾਫ ਕਰਿਓ ਉਹਦੀ ਜ਼ਿੰਦਗੀ ਦੀ ਤਰੱਕੀ ਰੁਕ ਜਾਂਦੀ ਹੈ। ਜਦ ਹੋਰ ਸੌਖੇ ਸ਼ਬਦਾਂ ਵਿੱਚ ਕਹਿ ਦਵਾਂ। ਜਿਸ ਮਨੁੱਖ ਨੇ, ਜਿਸ ਵਿਦਿਆਰਥੀ ਨੇ, ਜਿਸ ਬੱਚੇ ਨੇ, ਜਿਸ ਚੇਲੇ ਨੇ ਆਪਣੇ ਜੀਵਨ ਦੇ ਵਿੱਚ ਕਦੇ ਥੱਪੜ ਨਹੀਂ ਖਾਧਾ ਉਹਨੂੰ ਜੀਵਨ ਵਿੱਚ ਕਦੇ ਥਾਪੜਾਂ ਨਹੀਂ ਮਿਲ ਸਕਦਾ। ਜਿਸ ਚੇਲੇ ਨੇ ਆਪਣੇ ਗੁਰੂ ਦੇ ਕੋਲੋਂ ਥੱਪੜ ਖਾਦਾ ਹੋਏਗਾ ਨਾ ਜੀ ਕੁਝ ਕੰਮ ਸਿੱਖਣ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਉਹసే ਕੰਮ ਕਰਕੇ ਉਸ ਬੱਚੇ ਨੂੰ ਥਾਪੜਾ ਮਿਲੇਗਾ ਕਿਉਂਕਿ ਉਹਨੇ ਗੁਰੂ ਦੀ ਸਿੱਖਿਆ ਨੂੰ ਚੰਗੀ ਤਰ੍ਹਾਂ ਗ੍ਰੈਂਡ ਕੀਤਾ ਆ ਜਦੋਂ ਕੱਪੜਾ ਗੰਦਾ ਹੋ ਜਾਂਦਾ ਨਾ ਜੀ ਪੁਰਾਣੇ ਸਮਿਆਂ 'ਚ ਕੀ ਹੁੰਦਾ ਸੀਗਾ ਕੱਪੜਾ ਗੰਦਾ ਹੋ ਜਾਣਾ ਉਹਨੂੰ ਧੋਬੀ ਕੋਲ ਭੇਜ ਦੇਣਾ ਕਿ ਧੋਬੀ ਨੇ ਉਸ ਕੱਪੜੇ ਨੂੰ ਧੋਣਾ ਹੁਣ ਧੋਬੀ ਕੀ ਕਰਦਾ ਹੈ ਜੀ ਪਟਕਾ ਪਟਕਾ ਕੇ ਥੱਲੇ ਮਾਰਦਾ ਉਹ ਤੇ ਕੱਪੜਾ ਧੋਬੀ ਨੂੰ ਕਹੇ ਕਿ ਮੈਂ ਤੇਰਾ ਕੀ ਵਿਗਾੜਿਆ ਕਿ ਤੂੰ ਮੈਨੂੰ ਭਾਈ ਇਦਾਂ ਮੇਰੇ ਤੇ ਜ਼ੁਲਮ ਕਿਉਂ ਕਰ ਰਿਹਾ ਤੂੰ ਮੈਨੂੰ ਪਟਕਾ ਪਟਕਾ ਕੇ ਕਿਉਂ ਮਾਰ ਰਿਹਾ ਤੇ ਧੋਬੀ ਕਹੇਗਾ ਇਹ ਤੇਰੇ ਫਾਇਦੇ ਦੀ ਗੱਲ ਹੈ ਕਿਉਂ ਜਿੰਨਾ ਮੈਂ ਤੈਨੂੰ ਪਟਕਾ ਕੇ ਮਾਰਾਂਗਾ ਉੰਨੀ ਤੇਰੇ ਵਿੱਚੋਂ ਮੈਅ ਨਿਕਲੇਗੀ ਜੇ ਤੂੰ ਇਹ ਥੋੜੀ ਜੀ ਸੱਟਾ ਸਹਿਲੇਂਗਾ ਤੇ ਤੇਰੇ ਅੰਦਰ ਤੇ ਸਾਰੀ ਮੈਲ ਨਿਕਲ ਜਾਏਗੀ ਜੇ ਤੱਕ ਕੱਪੜਾ ਸੱਤਾਂ ਸਹਿ ਗਿਆ ਧੋਬੀ ਦੀਆਂ ਫਿਰ ਕੀ ਆ ਜੀ ਉਹਦੇ ਅੰਦਰੋਂ ਮੈਲ ਨਿਕਲ ਜਾਏਗੀ ਉਹ ਕੱਪੜਾ ਸ਼ੁੱਧ ਹੋਏਗਾ ਤੇ ਫਿਰ ਆਪਣੇ ਮਾਲਕ ਦੇ ਤਨ ਦੇ ਉੱਤੇ ਸਪਾਇਆ ਜਾ ਸਕਦਾ ਆ ਇਸੇ ਤਰ੍ਹਾਂ ਜਦੋਂ ਤੁਸੀਂ ਪੱਥਰ ਨੂੰ ਦੇਖਦੇ ਆ ਪੱਥਰ ਵਿੱਚੋਂ ਮੂਰਤੀ ਨਿਕਲਦੀ ਹੈ ਪਰ ਜਦੋਂ ਮੂਰਤੀ ਘੜਨ ਵਾਲਾ ਮਨੁੱਖ ਪੱਥਰ ਨੂੰ ਸ਼ੈਣੀ ਥੋੜੇ ਦੇ ਨਾਲ ਕੁੱਟਦਾ ਆ ਉਹਦੇ ਵਿੱਚੋਂ ਮੂਰਤੀ ਘੜਨ ਦੀ ਕੋਸ਼ਿਸ਼ ਕਰਦਾ ਤੇ ਪੱਥਰ ਕਵੇ ਮੇਰੇ ਉਤੇ ਸ਼ੈਣੀ ਥੋੜੇ ਦਾ ਦਰਦ ਹੋ ਰਿਹਾ ਮੈਂ ਸ਼ੈਣੀ ਥੋੜੇ ਦਾ ਦਰਦ ਨਹੀਂ ਸਹਿਣ ਕਰ ਸਕਦਾ ਯਾਦ ਰੱਖਿਓ ਜਿਹੜਾ ਪੱਥਰ ਸ਼ੈਣੀ ਥੋੜੇ ਦਾ ਦਰਦ ਨਹੀਂ ਸਹਿਣ ਕਰੇਗਾ ਉਹ ਕਦੇ ਵੀ ਚੰਗੀ ਮੂਰਤ ਉਹਦੇ ਵਿੱਚੋਂ ਪੈਦਾ ਨਹੀਂ ਹੋ ਸਕਦੀ ਉਹਨੇ ਪੱਥਰ ਦਾ ਪੱਥਰ ਰਹਿ ਜਾਣਾ ਪਰ ਜਿਨੇ ਸ਼ੈਣੀ ਥੋੜੇ ਦਾ ਦਰਦ ਸਹਿਣ ਕਰ ਲਿਆ ਉਦੇ ਵਿੱਚੋਂ ਯਾਦ ਰੱਖੋ ਇੱਕ ਚੰਗੀ ਮੂਰਤੀ ਪੈਦਾ ਹੋ ਜਾਣੀ ਹੈ ਜਿਹਨੂੰ ਅਦੀਬ ਨੇ ਲਿਖਿਆ ਸ਼ਾਬਾਸ਼ ਬੁੱਤੋ ਤਰੱਕੀ ਇਸੇ ਕਹਤੇ ਹੈ ਜਦ ਤਰਾਸ਼ੇ ਨਾ ਥੇ ਤਬ ਪੱਥਰ ਤੇ ਜਦ ਤਰਾਸ਼ੇ ਗਏ ਤਾਂ ਖੁਦਾ ਬਣ ਗਏ ਜਦੋਂ ਸੱਟਾਂ ਸਹਿ ਲੀਆਂ ਤੇ ਉਦੋਂ ਖੁਦਾ ਬਣ ਗਏ ਇਸੇ ਤਰ੍ਹਾਂ ਗੁਰੂ ਮਾਲਕ ਜੀ ਸਾਡੇ ਜੀਵਨ 'ਚ ਕੁਝ ਕੁ ਸੱਟਾਂ ਮਾਰਦੇ ਆ ਕੁਝ ਦੁੱਖ ਦੀਆਂ ਕੁਝ ਮੁਸੀਬਤ ਦੀਆਂ ਕੁਝ ਘਾਟੇ ਦੀਆਂ ਜੇ ਤਾਂ ਅਸੀਂ ਉਹਨਾਂ ਸੱਟਾਂ ਨੂੰ ਸਹਿ ਲਿਆ ਤੇ ਫਿਰ ਮੇਰੇ ਮਾਲਕ ਜੀ ਕਹਿੰਦੇ ਤੇਰਾ ਜੀਵਨ ਸੋਨਾ ਸੁਚੱਜਾ ਸੁਹੇਲਾ ਹੋਏਗਾ ਪਰ ਜੇ ਤੂੰ ਗੁਰੂ ਦੀਆਂ ਸੱਟਾਂ ਨਾ ਸਹਿ ਸਕਿਆ ਦੌੜ ਗਿਆ ਗੁਰੂ ਦੇ ਦਰ ਨੂੰ ਛੱਡ ਕੇ ਮਾਲਕ ਜੀ ਕਹਿੰਦੇ ਫਿਰ ਤੇਰੇ ਜੀਵਨ ਦੇ ਵਿੱਚ ਭਟਕਣਾ ਹੀ ਹੋਣ ਗਿਆ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਏਗਾ ਫਿਰ ਤੂੰ ਭਟਕੀ ਜਾਏਗਾ ساری ਉਮਰ ਆਪਣੇ ਜੀਵਨ ਚ ਸਵਾਜ ਸਤਗੁਰ ਨੇ ਸਾਨੂੰ ਸ਼ੁਕਰਵਾਰ ਦੇ ਇਸ ਦਿਨ ਦੇ ਵਿੱਚ ਇਹ ਸਮਝਾਇਆ ਮਾਲਕ ਨੇ ਆਖਿਆ ਕਹਿੰਦੇ ਸ਼ੁਕਰਿਤ ਸਹਾਰਾ ਜੋ ਸ਼ੁੱਕਰਵਾਰ ਨੂੰ ਸਹਾਰਦਾ ਜੋ ਇਹ ਬਰਤ ਚੜ੍ਹੈ ਮਾਲਕ ਜੀ ਕਹਿੰਦੇ ਸ਼ੁੱਕਰਵਾਰ ਨੂੰ ਜਿਹੜਾ ਮਨੁੱਖ ਆਪਣੇ ਜੀਵਨ ਵਿੱਚ ਗੁਰੂ ਦੀ ਗੱਲ ਨੂੰ ਸੈਣ ਸਿੱਖਣ ਦਾ ਬਰਤ ਰੱਖ ਲਵੇ ਕਿ ਗੁਰੂ ਮਾਲਕ ਜਿੰਨੇ ਮਰਜ਼ੀ ਜ਼ੁਲਮ ਕਰੋ ਮੈਂ ਤੇਰਾ ਦਰ ਛੱਡ ਕੇ ਨਹੀਂ ਜਾਂਦਾ ਦੁੱਖ ਦੇ ਦਿਓ ਤਾਂ ਵੀ ਸਤਪੁਰ ਤੇਰਾ ਰਹਾਗਾ ਮੁਸੀਬਤ ਦੇ ਦਿਓ ਸਤਗੁਰ ਤੇਰਾ ਰਹਾਗਾ ਸਤਗੁਰ ਤੇਰੇ ਦਰ ਨੂੰ ਛੱਡ ਕੇ ਨਹੀਂ ਜਾਂਦਾ ਕਿਉਂ ਕਿ ਮੈਨੂੰ ਇੰਨੀ ਕੁ ਸਮਝ ਆ ਗਈ ਹੈ ਕਿ ਤੇਰੇ ਦਰ ਉੱਤੇ ਸਤਗੁਰ ਮੇਰੇ ਲੇਖ ਬਦਲਣੇ ਆ ਜੇ ਤੇਰੇ ਦਰ ਨੂੰ ਛੱਡ ਕੇ ਚਲਾ ਗਿਆ ਤੇ ਮੇਰੇ ਲੇਖ ਕਿੱਥੇ ਬਦਲੇ ਜਾਣਗੇ ਸਤਗੁਰ ਤੇਰੇ ਦਰ ਨੂੰ ਛੱਡ ਕੇ ਭੱਜ ਗਿਆ ਤੇ ਮੇਰਾ ਜੀਵਨ ਕਿੱਥੋਂ ਬਦਲੇਗਾ ਜਦੋਂ ਗੁਰੂ ਦੇ ਦਰ ਨੂੰ ਅਸੀਂ ਛੱਡ ਕੇ ਭੱਜ ਗਏ ਗੁਰੂ ਦੇ ਦਰ ਤੇ ਪ੍ਰੋਸਾਨਾ ਰੱਖਿਆ ਉਦੋਂ ਸਾਡੇ ਪੱਲੇ ਕੁਝ ਨਹੀਂ ਪੈਣਾ ਦੇ ਗੁਰੂ ਦੇ ਦਰ ਤੋਂ ਹੀ ਲੇਖ ਬਦਲਨੇ ਆ। ਉਹ ਗੱਲ ਵੱਖਰੀ ਗਾ ਸਮਾਂ ਥੋੜਾ ਜਿਹਾ ਲੱਗ ਸਕਦਾ ਆ ਪਰ ਗੁਰੂ ਮਾਲਕ ਜੀ ਲੇਖ ਜ਼ਰੂਰ ਬਦਲਣਗੇ। ਤਾਂ ਗੁਰੂ ਕਲ ਕੀ ਤਰ ਪਾਸ਼ਾ ਜੀ ਕੋਲ ਸਲਾਰਦੀਨ ਨਾਮ ਦਾ ਕਾਜ਼ੀ ਆਇਆ। ਉਹ ਗੁਰੂ ਮਾਲਕ ਨੂੰ ਆ ਕੇ ਪੁੱਛਦਾ ਕਹਿੰਦੇ ਸਤਗੁਰ ਬੜੀਆਂ ਸੰਗთა ਤੁਨੂਆ ਕੇ ਮੱਥੇ ਟੇਕ ਦੀ ਹੈ। ਜਦੋਂ ਮੱਥੇ ਟੇਕ ਦੀਆਂ ਤੇ ਸਾਰਿਆਂ ਦੇ ਮੁਖ ਤੋਂ ਇਹ ਗੱਲ ਮੈਂ ਸੁਣਦਾ ਆ ਜਿਹਨਾਂ ਨੇ ਸਤਗੁਰੂ ਤੁਹਾਨੂੰ ਮੱਥਾ ਟੇਕ ਲਿਆ ਉਹ ਕਹਿੰਦੇ ਸਾਡੇ ਹੁਣ ਮੱਥੇ ਦੇ ਜਿਹੜੇ ਲੇਖ ਆ ਨਾ ਜਿਹੜੇ ਪੁੱਠੇ ਸੀ ਉਹ ਸਿੱਧੇ ਹੋ ਜਾਣਗੇ ਹੁਣ ਗੁਰੂ ਮਾਲਕ ਜੀ ਦੇ ਚਰਨਾਂ 'ਚ ਮੱਥਾ ਟੇਕਣ ਦੇ ਨਾਲ ਸਾਡੇ ਲੇਖ ਸਿੱਧੇ ਹੋ ਜਾਣਗੇ ਸਾਡੇ ਲੇਖ ਜਾਗ ਜਾਣਗੇ ਸਾਡਾ ਜੀਵਨ ਬਦਲ ਜਾਏਗਾ ਸਤਗੁਰੂ ਮੈਨੂੰ ਗੱਲ ਸਮਝਣੇ ਪਈ ਕਿੰਦਾ ਹੁੰਦਾ ਗੁਰੂ ਮਾਲਕ ਨੇ ਨਾ ਜੀ ਉਹਨੂੰ ਕਿਹਾ ਕੁਝ ਕੁ ਸਮਸਲਾਰਦੀਨ ਜੀ ਬੈਠੋ ਦੀਵਾਨ ਚੱਲਦਾ ਦੀ ਦੀਵਾਨ ਦੇ ਸਮਾਪਤੀ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਲਾਰਦੀਨ ਬੈਠਾ ਗੁਰੂ ਮਾਲਕ ਦੇ ਕੋਲ ਸੰਗਤ ਆ ਰਹੀ ਹੈ ਜੇ ਮੱਥੇ ਟੇਕ ਰੀਆਂ ਸਤਿਗੁਰ ਜੀ ਨੂੰ ਸੰਗਤਾਂ ਦੀਵਾਨ ਚ ਬੈਠ ਕੇ ਗੁਰੂ ਕੇ ਸ਼ਬਦ ਸੁਣ ਰਹੀ ਹੈ ਸਮਾਪਤੀ ਹੋਈ ਸਲਾਰਦੀਨ ਨੂੰ ਸਤਿਗੁਰ ਨੇ ਕੋਲ ਬੁਲਾਇਆ ਮਾਲਕ ਨੇ ਨਾ ਇੱਕ ਮੋਹਰ ਕੱਟ ਕੇ ਉਹਨੂੰ ਉਹਦੇ ਹੱਥ ਚ ਫੜਾਤੀ ਮੋਹਰ ਦਾ ਅਰਥ ਸਟੈਂਪ ਜੀ ਮਾਲਕ ਨੇ ਆਖੇ ਜਿਹੜੇ ਮੋਹਰ ਦੇ ਉੱਤੇ ਇਹ ਸ਼ਬਦ ਲਿਖੇ ਹੋਏ ਨਾ ਏ ਮੈਨੂੰ ਪੜ ਕੇ ਸੁਣਾ ਇਹਦੇ ਉੱਪਰ ਕੀ ਲਿਖਿਆ ਹੋਇਆ ਹੁਣ ਆਪਨੇ ਜੇ ਮੋਹਰ ਦੇਖੀ ਹੋਵੇ ਸਟੈਂਪ ਦੇਖੀ ਹੋਵੇ ਜੇ ਦੋਨੋਂ ਆਪਸ ਸਿੱਧੇ ਤੌਰ ਤੇ ਪੜਾਂਗੇ ਉਹਦੇ ਅੱਖਰ ਹੁੰਦੇ ਆ ਪੁੱਠੇ ਉਹ ਸਿੱਧੇ ਪੜੇ ਨਹੀਂ ਜਾ ਸਕਦੇ ਸਲਾਰ ਜੀ ਨੇ ਵੀ ਇਹੀ ਕਿਹਾ ਕਹਿੰਦੇ ਸਤਗੁਰ ਇਹ ਮੋਹਰ ਦੇ ਅੱਖਰ ਪੁੱਠੇ ਆ ਇਹ ਪੜੇ ਨਹੀਂ ਜਾਣਗੇ ਕੀ ਲਿਖਿਆ ਹੋਇਆ ਮਾਲਿਕ ਜੀ ਕਹਿੰਦੇ ਲਿਆ ਮੈਨੂੰ ਵਾਪਸ ਦੇ ਸਤਗੁਰ ਨੇ ਸ਼ਾਈ ਦੇ ਵਿੱਚ ਉਹਨੂੰ ਮੋਹਰ ਨੂੰ ਡਬੋਇਆ ਸਤਗੁਰ ਨੇ ਇੱਕ ਪਲੇਨ ਕਾਗਜ਼ ਦੇ ਉੱਤੇ ਉਸ ਸਟੈਂਪ ਨੂੰ ਲਾਇਆ ਮਾਲਕ ਜੀ ਕਹਿੰਦੇ ਹੁਣ ਪੜ ਇਹਦੇ ਅੱਖਰ ਕੀ ਹੈ ਕਾਜੀ ਸਲਾਰਦਿਨ ਨੇ ਉਹ ਕਾਗਜ਼ ਚੁੱਕਿਆ ਤੇ ਉਹ ਅੱਖਰ ਪੜ ਦਿੱਤੇ ਮਾਲਕ ਜੀ ਕਹਿੰਦੇ ਪਹਿਲਾ ਤੇਰੇ ਹੱਥ ਦੇ ਵਿੱਚ ਸਟੈਂਪ ਸੀ ਮੋਰ ਸੀ ਤੂੰ ਕਿਉਂ ਨਹੀਂ ਅੱਖਰ ਪੜੇ ਕਹਿੰਦਾ ਸਤਗੁਰ ਜੀ ਅੱਖਰ ਉੱਠੇ ਸੀ ਤਾਂ ਨਹੀਂ ਪੜ ਸਕਿਆ ਹੁਣ ਤੂੰ ਅੱਖਰ ਕਿਉਂ ਪੜ ਲੇ ਕਹਿੰਦੇ ਸਤਗੁਰ ਜੀ ਅੱਖਰ ਹੁਣ ਸਿੱਧੇ ਹੋ ਗਏ ਜਦੋਂ ਸਟੈਂਪ ਚੁੱਕੀ ਝੋਕੇ ਜਦੋਂ ਕਾਗਜ਼ 'ਤੇ ਲੱਗੀ ਤੇ ਜਿਹੜੇ ਉਹਦੇ ਪੁੱਠੇ ਅੱਖਰ ਸੀਗੇ ਸਤਿਗੁਰੂ ਜੀ ਕਹਿੰਦੇ ਹੁਣ ਸਿੱਧੇ ਹੋਗੇ ਨਾ ਮਾਲਕ ਜੀ ਕਹਿੰਦੇ ਏਸੇ ਤਰ੍ਹਾਂ ਜਦੋਂ ਮਨੁੱਖ ਆਪਣੇ ਜੀਵਨ 'ਚ ਵਿਚਰਦਾ ਉਹਦੇ ਮੱਥੇ ਦੇ ਲੇਖ ਪੁੱਠੇ ਆ ਪਰ ਜਦੋਂ ਨਿਮਰਤਾ ਦੇ ਨਾਲ ਉਹ ਗੁਰੂ ਦੇ ਦਰ ਤੇ ਆ ਕੇ ਆਪਣਾ ਮੱਥਾ ਝੁਕਾਉਂਦਾ ਆ ਜਦੋਂ ਮੱਥਾ ਉਹਨੇ ਝੁਕਾਇਆ ਤੇ ਉਹਦੇ ਮੱਥੇ ਦੇ ਪੁੱਠੇ ਲੇਖ ਗੁਰੂ ਸਿੱਧੇ ਕਰ ਦਿੰਦਾ ਆ ਜਿਵੇਂ ਸਟੰਪ ਥੋੜਾ ਜਾਂ ਚੁਕੀ ਕਾਗਜ਼ ਦੇ ਉੱਤੇ ਉਹਦੇ ਅੱਖਰ ਸਿੱਧੇ ਹੋਗੇ ਸਤਿਗੁਰ ਕਹਿੰਦੇ ਇਸੇ ਤਰ੍ਹਾਂ ਸਲਾਰਦੀਨ ਦੀ ਜਦੋਂ ਕੋਈ ਮਨੁੱਖ ਨਿਮਰਤਾ ਸਹਿਤ ਪਿਆਰ ਦੇ ਨਾਲ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਦੇ ਦਰ ਤੇ ਆ ਕੇ ਝੁਕਦਾ ਆ ਇੱਥੇ ਪਾਪੀਆਂ ਨੂੰ ਸਤਿਗੁਰ ਜੀ ਭਗਤ ਬਣਾ ਦਿੰਦੇ ਆ ਇੱਥੇ ਰੁੱਲਦਿਆਂ ਨੂੰ ਸਤਿਗੁਰ ਜੀ ਗੱਦੀਆਂ ਦਿੰਦੇ ਆ ਜਿਨ੍ਹਾਂ ਲੋਕਾਂ ਤੋਂ ਲੋਕਾਂ ਨੇ ਨਫ਼ਰਤ ਕੀਤੀ ਉਹਨਾਂ ਲੋਕਾਂ ਨੂੰ ਸਤਗੁਰ ਨੇ ਵੱਡੀਆਂ ਉੱਚੀਆਂ ਪਦਵੀਆਂ ਦਿੱਤੀਆਂ ਜਦੋਂ ਕੋਈ ਨਿਮਰਤਾ ਸਹਿਤ ਆਵੇ ਗੁਰੂ ਦੇ ਦਰ ਚ ਏਡੀ ਪਾਵਰ ਹੈ ਗੁਰੂ ਦੇ ਦਰ ਚ ਏਡੀ ਤਾਕਤ ਹੈ ਕਿ ਜੇ ਕੋਈ ਇੱਥੇ ਮਨੁੱਖ ਕੋਡੇ ਰਾਖਸ਼ ਵਰਗਾ ਵੀ ਆਉਂਦਾ ਪਰ ਜਦੋਂ ਉਹ ਬਾਬੇ ਨਾਨਕ ਨੂੰ ਮੱਥਾ ਟੇਕੇ ਤੇ ਭਾਈ ਕੋਡਾ ਬਣ ਜਾਂਦਾ ਇੱਥੇ ਕੋਈ ਸੱਜਣ ਠੱਗ ਵਰਗਾ ਆਵੇ ਤੇ ਗੁਰੂ ਦੇ ਮਾਲਕ ਜੀ ਅੱਗੇ ਝੁਕੇ ਤੇ ਭਾਈ ਸੱਜਣ ਬਣ ਜਾਂਦਾ ਇੱਥੇ ਕੋਈ ਬੀਦੀ ਚੰਦ ਚੋਰ ਬਣ ਕੇ ਆਵੇ ਤੇ ਜਦੋਂ ਗੁਰੂ ਆਪਣੇ ਨਾਲ ਜੋੜਦਾ ਆ ਤੇ ਬੀਦੀ ਚੰਦ ਚੋਰ ਚੋਰ ਨਹੀਂ ਰਹਿ ਜਾਂਦਾ ਫਿਰ ਬੀਦੀ ਚੰਦ ਸੀਨਾ ਗੁਰੂ ਦਾ ਸੀਨਾ ਬਣ ਕੇ ਗੁਰੂ ਆਪਣੇ ਉਹਨੂੰ ਨਾਲ ਜੋੜ ਲੈਂਦਾ ਇਹ ਗੁਰੂ ਦੇ ਘਰ ਚ ਤਾਕਤ ਹੈ ਕਿ ਜਦੋਂ ਕੋਈ ਇੱਥੇ ਆ ਕੇ ਨਿਮਰਤਾ ਸਹਿਤ ਮੱਥਾ ਟੇਕ ਕੇ ਤੇ ਗੁਰੂ ਉਹਦੇ ਪੁੱਠੇ ਲੇਖਾ ਨੂੰ ਸਿੱਧੇ ਕਰ ਦਿੰਦਾ ਮਸਲਾ ਵਿਸ਼ਵਾਸ ਦਾ ਸਤਗੁਰ ਕਹਿੰਦੇ ਸ਼ੁੱਕਰਵਾਰ ਵਾਲੇ ਦਿਨ ਮਨੁੱਖ ਨੇ ਜਿਨੇ ਸਤਗੁਰਜੀ ਬਾਤ ਨੂੰ ਸਹਿਣ ਕਰ ਲਿਆ ਚੰਗੇ ਮਾੜੇ ਦੀ ਪਰਖ ਕਰਨੀ ਸਿੱਖ ਲਈ ਸਤਗੁਰ ਕਹਿੰਦੇ ਸਮਝ ਲਿਓ ਉਹਦਾ ਸ਼ੁਕਰ ਵਾਰਸਾ ਫਲਾਉ ਦਿਆ ਫਿਰ ਬੇਨਤੀ ਕਰਦੇ ਆ ਜੀ ਮਸਲਾ ਸਾਰਾ ਸੰਗਤ ਜੀ ਇਹ ਆ ਕਿ ਗੁਰੂ ਕੇ ਸ਼ਬਦ ਨੂੰ ਸਹਾਰਨਾ ਬਾਬੇ ਕਬੀਰ ਨੇ ਤਾਂ ਇੱਥੋਂ ਤੱਕ ਸ਼ਬਦ ਕਹਿ ਦਿੱਤੇ ਕਿ ਜਿਹੜਾ ਮਨੁੱਖ ਸ਼ਬਦ ਦੀ ਚੋਟ ਸਹੇਗਾ ਨਾ ਤਾਸ ਗੁਰੂ ਮੈਂ ਦਾਸ ਇਹਨਾਂ ਸ਼ਬਦ ਜਿਹੜੀ ਚੋਟ ਸਹਿਲਵੇ ਮਨੁੱਖਾ ਉਹ ਮੇਰਾ ਗੁਰੂ ਹੈ ਤੇ ਮੈਂ ਉਹਦਾ ਚੇਲਾ ਆ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੋਂ ਗੁਰੂ ਦੀ ਗੱਲ ਨੂੰ ਸਤਿ ਬਚਨ ਕਰਕੇ ਜਰ ਲਿਆ ਮਾਲਕ ਨੇ ਉਹਨਾਂ ਨੂੰ ਉੱਚੇ ਉੱਚੇ ਪਦ ਮੇ ਦਿੱਤੇ ਸਤਗੁਰ ਨੇ ਕਿਰਪਾ ਕੀਤੀ ਕਹਿੰਦੇ ਸੁਕ੍ਰਿਤ ਸਹਾਰਾ ਜੋ ਇਹ ਬ੍ਰਤ ਚੜ੍ਹੈ ਅੰਦਿਨ ਆਪ ਆਪਸ ਚੋਂ ਲੜੈ ਹੁਣ ਮਸਲਾ ਤਾਂ ਇਹ ਹੈ ਜੀ ਲੜਾਈ ਤਾਂ ਸਾਡੀ ਆਪਣੇ ਆਪ ਨਾਲ ਹੋਣੀ ਚਾਹੀਦੀ ਸੀ ਮੇਰੇ ਅੰਦਰ ਬੈਠੇ ਕਾਮਨਾ ਮੇਰੀ ਲੜਾਈ ਹੋਵੇ ਮੇਰੇ ਅੰਦਰ ਬੈਠੇ ਮੇਰੀ ਕ੍ਰੋਧ ਨਾਲ ਮੇਰੀ ਲੜਾਈ ਹੋਵੇ ਜਿਹੜੇ ਪੰਜ ਵਿਕਾਰ ਮੈਨੂੰ ਤੰਗ ਕਰਦੇ ਲੜਾਤਾ ਮੈਂ ਉਹਨਾਂ ਨਾਲ ਪਰ ਅਸੀਂ ਲੜਾਈਆਂ ਬਾਹਰ ਕਰਦੇ ਫਿਰਦੇ ਆ ਮਸਲਾ ਤਾਂ ਇਹ ਆ ਕਿ ਜਿੱਦਣ ਸਤਗੁਰ ਕਹਿੰਦੇ ਤੂੰ ਆਪਣੇ ਆਪ ਨਾਲ ਲੜੇਗਾ ਉਦਣ ਤੂੰ ਸੂਰਮੈ ਬਾਹਰ ਕਿਸੇ ਨੂੰ ਉੱਚੀ ਬੋਲ ਕੇ ਤੂੰ ਦਬਾ ਸਕਦਾ ਹੈ ਤੇਰੇ ਕੋਲ ਚਾਰ ਛਿੱਲੜ ਨੇ ਤੇਰੇ ਕੋਲ ਪਾਵਰ ਹੈ ਤੂੰ ਕਿਸੇ ਨੂੰ ਦਬਾ ਸਕਦਾ ਆ ਪਰ ਮਸਲਾ ਤਾਂ ਉਦਣ ਬਣਨਾ ਜਿੱਦਣ ਤੂੰ ਆਪਣੇ ਆਪ ਨਾਲ ਲੜ ਕੇ ਅੰਦਰ ਦੇ ਵਿਕਾਰਾਂ ਤੋਂ ਜਿੱਤ ਹਾਸਲ ਕਰੇ ਸਤਗੁਰ ਨੇ ਕਿਹਾ ਨਾ ਜੀ ਕਿ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਕੈ ਜਾ ਕਾ ਸਤਗੁਰ ਪੂਰਾ ਜਿਹੜੇ ਮਨੁੱਖ ਅੰਦਰੋਂ ਅੰਦਰੀ ਆਪਣੇ ਆਪ ਨੂੰ ਜਿੱਤ ਲੈਣਗੇ ਸਤਿਗੁਰ ਨੇ ਇਥੋਂ ਤੱਕ ਸ਼ਬਦ ਵਰਤੇ ਆ ਕਿ ਖਾਲਸਾ ਸੋ ਜੋ ਕਰੇ ਨਿਤ ਜੰਗ ਕਹਿੰਦੇ ਅਸਲ 'ਚ ਖਾਲਸਾ ਉਹ ਆ ਜਿਹੜਾ ਰੋਜ਼ ਲੜਦਾ ਹੈ ਰੋਜ਼ ਜੰਗ ਕਰਦਾ ਹੈ ਰੋਜ਼ ਯੁੱਧ ਕਰਦਾ ਹੈ ਜੁੱਤ ਕਾਦੇ ਨਾਲ ਮੇਰੇ ਅੰਦਰ ਦੇ ਵਿਕਾਰਾਂ ਨਾਲ ਕਾਮ ਹਾਵੀ ਹੋ ਰਿਹਾ ਪਰ ਮੈਂ ਆਪਣੇ ਕਾਮ ਨਾਲ ਲੜ ਰਿਹਾ ਤੇ ਕਾਮ ਤੋਂ ਮੈਂ ਜਿੱਤ ਰਿਹਾ ਹੈ ਕ੍ਰੋਧ ਮੇਰੇ ਉੱਪਰ ਭਾਰਾ ਪੈ ਰਿਹਾ ਮੈਂ ਕ੍ਰੋਧ ਦੇ ਉੱਤੇ ਫਤਿਹ ਹਾਸਲ ਕਰਨੀ ਹੈ ਜਿੱਦਣ ਪੰਜ ਵਿਕਾਰਾਂ ਦੇ ਉੱਤੇ ਅਸੀਂ ਫਤਿਹ ਹਾਸਲ ਕਰ ਲਈ ਮੇਰੇ ਮਾਲਕ ਜੀ ਕਹਿੰਦੇ ਉਹ ਮਨੁੱਖ ਪਰਮਾਤਮਾ ਦੇ ਚਰਨਾਂ 'ਚ ਪ੍ਰਵਾਹ ਹੋ ਗਿਆ ਹੁਣ ਬੰਦਾ ਹਾਰਦਾ ਕਿੱਥੋਂ ਆ ਜੀ ਕੋਈ ਕਰੋਧ ਤੋਂ ਹਾਰ ਜਾਂਦਾ ਜਦੋਂ ਕਰੋਧ ਤੋਂ ਹਾਰਿਆ ਕਿਸੇ ਦਾ ਸਿਰ ਪਾੜ ਤੱਕ ਕਿਸੇ ਦਾ ਕਤਲ ਕਰਤਾ ਜੇਲ ਹੋ ਗਈ ਜ਼ਿੰਦਗੀ ਤਬਾਹ ਹੋ ਗਈ ਲਾਲਚ ਵਸ ਵਿੱਚ ਆਇਆ ਹੋਇਆ ਮਨੁੱਖ ਕਿੰਨਿਆਂ ਨਾ ੱੱੱਕਾ ਕਰਦਾ ਜੀ ਕਿੰਨਿਆਂ ਨਾਲ ਧੋਖਾ ਕਰਦਾ ਆ ਆਪਣਾ ਜੀਵਨ ਤਬਾਹ ਕਰ ਲੈਂਦਾ ਕ੍ਰੋਧ ਵਿੱਚ ਆਇਆ ਮਨੁੱਖ ਕਾਮ ਦੇ ਵਸ ਆਇਆ ਮਨੁੱਖ ਕਿੰਨੇ ਗਲਤ ਕੰਮ ਕਰ ਲੈਂਦਾ ਆ ਤੇ ਗਲਤ ਕੰਮ ਕਰਨ ਦੇ ਨਾਲ ਆਪਣੀ ਜਿੰਦਗੀ ਤਬਾਹ ਕਰ ਲੈਂਦਾ ਔਰ ਮਾਲਕ ਜੀ ਕਹਿੰਦੇ ਮਸਲਾ ਤਾਂ ਉਦਣ ਹੱਲ ਹੋਣਾ ਹੈ ਆਨੰਦ ਤਾਂ ਉਦਣ ਬਣਨਾ ਤੇ ਜਿੱਦਣ ਬੰਦਾ ਆਪਣੇ ਆਪ ਨੂੰ ਜੁੱਤਲੇਗਾ ਦੇਖੋ ਨਾ ਬਾਬੇ ਨਾਨਕ ਦੇ ਸਾਹਮਣੇ ਕਿੱਡੀ ਵੱਡੀ ਪਰਖਿਆ ਪਈ ਜੀ ਤੁਨ ਗੁਰੂ ਨਾਨਕ ਦੇਵ ਪਾਸ ਜਦੋਂ ਸਿੰਗਲਾ ਦੀਪ ਜਾਂਦੇ ਆ ਸ਼ਿਵਨਾਵ ਰਾਜੇ ਨੂੰ ਜਾ ਕੇ ਮਿਲਦੇ ਆ ਉਕੀ ਉੱਥੇ ਜਦੋਂ ਮਨੁਸੁਖ ਗਿਆ ਸੀ ਤੇ ਮਨੁਸੁਖ ਨੇ ਆਖਿਆ ਸੀ ਮੈਂ ਬਾਬੇ ਨਾਨਕ ਦਾ ਸਿੱਖਾ ਤੇ ਸਿੰਗਲਾ ਦੀਪ ਦੇ ਰਾਦੇ ਸ਼ਿਵ ਨੇ ਆਵਨੇ ਕਹਿਆ ਸੀ ਮੈਂ ਵੀ ਗੁਰੂ ਨਾਨਕ ਦੇ ਦਰਸ਼ਨ ਕਰਨੇ ਆ ਤੇ ਮਨੁਸੁਖ ਨੇ ਕਿਹਾ ਸੀ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਤੂੰ ਆਪਣਾ ਕੰਮ ਇਮਾਨਦਾਰੀ ਨਾਲ ਕਰ ਆਪਣਾ ਰਾਜ ਪ੍ਰਬੰਧ ਇਮਾਨਦਾਰੀ ਨਾਲ ਚਲਾ ਗੁਰੂ ਨਾਨਕ ਤੈਨੂੰ ਦਰਸ਼ਨ ਦੇਣ ਆਏਗਾ ਹੁਣ ਜਦੋਂ ਇਹ ਰੋਲਾ ਪੈ ਗਿਆ ਕਿ ਸਿੰਗਲਾ ਦੀਪ ਦਾ ਰਾਜਾ ਸ਼ਿਵਨਾਬ ਗੁਰੂ ਨਾਨਕ ਦਾ ਇੰਤਜ਼ਾਰ ਕਰਦਾ ਆ ਬੜੇ ਭੇਖੀਆਂ ਨੇ ਭੇਖ ਬਣਾਇਆ ਤੇ ਨਾਨਕ ਬਣ ਕੇ ਉਹ ਸਿੰਗਲਾ ਦੀਪ ਦੇ ਰਾਜੇ ਨੂੰ ਮਿਲਣ ਚਲੇ ਜਾਂਦੇ ਹੁਣ ਮਾਫ ਕਰੋ ਸ਼ਬਦ ਵਰਤਾਂ ਲੱਗਾ ਸਿੰਗਲਾ ਦੀਪ ਦਾ ਰਾਜਾ ਪਰਖ ਕਰਨ ਵਾਸਤੇ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਉਹਨਾਂ ਨੂੰ ਸ਼ਿੰਗਾਰ ਕੇ ਜਦੋਂ ਨਕਲੀ ਨਾਨਕਾ ਦੇ ਸਾਹਮਣੇ ਭੇਜਦਾ ਸੀਗਾ ਕਿ ਚੈੱਕ ਤਾਂ ਕਰਾਂ ਕਿ ਇਹ ਨਾਨਕ ਹੈ ਇਹਨੇ ਵਿਕਾਰਾਂ ਤੇ ਕਾਬੂ ਪਾਇਆ ਵੀ ਹੋਇਆ ਮਾਫ ਕਰੋ ਜਿਹੜੇ ਨਕਲੀ ਨਾਨਕ ਸਨ ਉਹਨਾਂ ਨਕਲੀ ਨਾਨਕਾਂ ਨੇ ਉਹਨਾਂ ਬੱਚੀਆਂ ਦੇ ਨਾਲ ਆਪਣਾ ਤਨ ਤੇ ਮਨ ਮੈਲਾ ਕਰ ਲੈਣਾ ਭਈ ਸ਼ਿਵਨਾਮ ਰਾਜਾ ਕਹਿੰਦਾ ਮੇਰਾ ਨਾਨਕ ਇੱਦਾਂ ਦਾ ਨਹੀਂ ਹੋ ਸਕਦਾ ਜਿਹੜਾ ਕਿਸੇ ਬੱਚੀ ਦੇ ਨਾਲ ਆਪਣਾ ਤਨ ਤੇ ਮਨ ਮੈਲਾ ਕਰੇ ਨਾ ਮੇਰਾ ਨਾਨਕ ਇੱਦਾਂ ਦਾ ਨਹੀਂ ਹੋ ਸਕਦਾ ਲੰਮਾ ਸਮਾਂ ਇਹ ਗੱਲ ਚੱਲੇ ਜਦੋਂ ਤੱਕ ਗੁਰੂ ਨਾਨਕ ਦੇਵ ਪਾਸ਼ਾ ਜੀ ਆਏ ਫੇਰ ਸਿੰਗਲਾ ਦੀਪ ਦੇ ਰਾਜੇ ਨੇ ਨੌਜਵਾਨ ਧੀਆਂ ਨੂੰ ਬਾਬੇ ਨਾਨਕ ਦੇ ਸਾਹਮਣੇ ਸ਼ਿੰਗਾਰ ਕੇ ਭੇਜਿਆ ਕਿ ਫੇਰ ਅੱਜ ਚੈੱਕ ਕਰਾਂ ਕਿ ਇਹ ਬਾਬਾ ਨਾਨਕ ਹੈ ਕਿ ਕੋਈ ਹੋਰ ਹੈ ਕੋਈ ਉਦੋਂ ਬਾਬੇ ਨਾਨਕ ਦੇ ਸਾਹਮਣੇ ਉਹ ਧੀਆਂ ਆਈਆਂ ਤੇ ਗੁਰੂ ਨਾਨਕ ਬਾਬੇ ਨੇ ਪਹਿਲਾ ਸ਼ਬਦ ਵਰਤਿਆ ਧੀਓ ਇਹ ਜਿਹੜੀ ਜਵਾਨੀ ਤੁਹਾਨੂੰ ਮਿਲੀ ਹੈ ਇਹ ਜਵਾਨੀ ਵਿਕਾਰਾਂ ਦੇ ਵਿੱਚ ਤੁਸੀਂ ਗਲਤਾਨ ਕਰਕੇ ਆਪਣੀ ਜਵਾਨੀ ਨੂੰ ਵਿਅਰਥ ਨਾ ਗਵਾਓ ਇਸ ਜਵਾਨੀ ਵਿੱਚ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰੋ ਹੁਣ ਪਹਿਲੀ ਵਾਰ ਮਾਫ ਕਰਿਓ ਪਹਿਲੀ ਵਾਰ ਇਨ੍ਹਾਂ ਧੀਆਂ ਨੇ ਸ਼ਬਦ ਧੀ ਸੁਣਿਆ ਇਨ੍ਹਾਂ ਬੱਚੀਆਂ ਨੇ ਸ਼ਬਦ ਧੀ ਸੁਣਿਆ ਜਿੰਨੇ ਵੀ ਅੱਜ ਤੱਕ ਆਏ ਉਹਨਾਂ ਨੇ ਸਾਡੇ ਤਨ ਨੂੰ ਦੇਖ ਕੇ ਆਪਣਾ ਮਨ ਤੇ ਤਨ ਮੈਲਾ ਕੀਤਾ ਪਰ ਅੱਜ ਬਾਬਾ ਨਾਨਕ ਸੱਚ ਮੁਚ ਆ ਗਿਆ ਜਿਹੜਾ ਤਨ ਵੇਚਣ ਵਾਲਿਆਂ ਨੂੰ ਵੀ ਆਪਣੀਆਂ ਧੀਆਂ ਕਹਿ ਕੇ ਸਤਿਕਾਰ ਦੇ ਗਿਆ ਕਿੱਡੀ ਵੱਡੀ ਗੱਲ ਆ ਜੀ ਧੀਗਾ ਕਈ ਕੇ ਸਤਕਾਰ ਦਿੱਤਾ ਸਤਗੁਰ ਨੇ ਆਖਿਆ ਗਾਛੋ ਪੁੱਤਰੀ ਰਾਜਕੁਵਾਰ ਮਾਲਕ ਨੇ ਆਖਿਆ ਮੇਰੀ ਧੀਓ ਇਹ ਜਵਾਨੀ ਦਾ ਸਮਾਂ ਵਿਕਾਰਾਂ ਚ ਖਰਾਬ ਨਾ ਕਰੋ ਇਸ ਜਵਾਨੀ ਨੂੰ ਰੱਬ ਤੇ ਲੇਖੇ ਲਾਓ ਜਾ ਕੇ ਧੀਗਾ ਨੇ ਸਿੰਗਲਾ ਦੀਪ ਦੇ ਰਾਜੇ ਨੂੰ ਦੱਸਿਆ ਕਿ ਅੱਜ ਉਹ ਨਾਨਕ ਆਗਿਆ ਜਿਹੜੇ ਨਾਨਕ ਦਾ ਤੂੰ ਇੰਤਜ਼ਾਰ ਕਰਦਾ ਸੀ ਮੇਰਾ ਕਹਿੰਦਾ ਭਾਵ ਸੰਗਤ ਜੀ ਆਪਣੇ ਆਪ ਨਾਲ ਲੜਨਾ ਬਹੁਤ ਔਖਾ ਉ ਅੰਦਰੋਂ ਉੱਤਰੇ ਕਾਮ ਨੂੰ ਕਾਬੂ ਕਰਨਾ, ਕ੍ਰੋਧ ਨੂੰ ਕਾਬੂ ਕਰਨਾ, ਲੋਭ ਨੂੰ ਕਾਬੂ ਕਰਨਾ, ਮੋਹ ਨੂੰ ਕਾਬੂ ਕਰਨਾ, ਹੰਕਾਰ ਨੂੰ ਕਾਬੂ ਕਰਨਾ। ਜਦ ਤਣ ਪੰਜੇ ਵਿਕਾਰਾਂ ਦੇ ਉੱਤੇ ਅਸੀਂ ਫਤਿਹ ਹਾਸਲ ਕਰ ਲਈ। ਮੇਰੇ ਮਾਲਕ ਜੀ ਕਹਿੰਦੇ ਉਦਣ ਤੋਂ ਰੱਬ ਦਾ ਰੂਪ ਹੋ ਗਿਆ। ਹੁਣ ਮਾਫ ਕਰਿਓ ਪੰਜੇ ਵਿਕਾਰ ਸਾਡੇ ਹੱਥ ਚ ਨਹੀਂ ਆਉਂਦੇ ਜੀ। ਕੋਈ ਬੰਦਾ ਕਾਮ ਤੋਂ ਹਾਰ ਗਿਆ, ਕੋਈ ਕ੍ਰੋਧ ਤੋਂ, ਕੋਈ ਲਾਲਚ ਤੋਂ, ਕੋਈ ਕਿਤੋਂ ਹਾਰੇ ਜਾਂਦਾ ਨਾ ਜੀ। ਇਤਾ ਸਤਗੁਰ ਕਿਤੇ ਕਿਰਪਾ ਕਰੇ ਬਖਸ਼ਿਸ਼ ਕਰੇ ਹਰੀ ਸਿੰਘ ਨਲੂਗੇ ਵਰਗਕ ਇਤੇ ਸਾਡਾ ਜੀਵਨ ਬੜੇ ਜਿੱਥੇ ਬੀਬੀ ਬਾਨੋ ਉਹਦੀਆਂ 18 ਸਾਲ ਦੀ ਜਿਹੜੀ ਇਹ ਕਹਿਦਨੀ ਆ ਕਿ ਹਰੀ ਸਿੰਘ ਨਲੂਗਾ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਸਾਹਮਣੇ 18 ਸਾਲ ਦੀ ਤੇ ਆਪ 42 ਸਾਲਾ ਦਾ ਤੇ ਬੀਬੀ ਨੂੰ ਸਾਹਮਣੇ ਕਹਿਣਾ ਕਹਿਣਾ ਮੰਨਦੀ ਮਨਸ਼ਾ ਉਹਦੀ ਮੈਲੀ ਹੈ ਕਿ ਮੈਂ ਹਰੀ ਸਿੰਘ ਨਲੂਗੇ ਦਾ ਕਰੈਕਟਰ ਸੁਟਾ ਪਰ ਹਰੀ ਸਿੰਘ ਨਲੂਗਾ ਉਸ 18 ਸਾਲ ਦੀ ਬੀਬੀ ਦੇ ਪੈਰਾਂ 'ਚ ਬਹਿ ਗਿਆ ਕਹਿੰਦਾ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ ਇਹ ਗੱਲਾਂ ਕਹਿਣੀਆਂ ਸੌਖੀ ਐ ਜੀ ਪਰ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ ਬੜਾ ਔਖਾ ਕਾਮ ਤੇ ਕਾਬੂ ਪਾਉਣਾ 18 ਸਾਲ ਦੀ ਬੱਚੀ ਦੇ ਸਾਹਮਣੇ 40-42 ਸਾਲਾਂ ਦਾ ਹਰੀ ਸਿੰਘ ਨਲੂਗਾ ਪੈਰਾਂ ਵਿੱਚ ਬੈਠ ਜਵੇ ਕਿ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ ਉਹ ਕੀ ਹਰੀ ਸਿੰਘ ਨਲੂਗੇ ਵਰਗਾ ਹਰੀ ਸਿੰਘ ਨਲੂਆ ਇੱਕੋ ਹੀ ਹੋਇਆ ਆ ਉਹ ਮੈਂ ਆ ਮੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੋ ਸਕਦਾ ਇਹ ਆ ਜੀ ਆਪਣੇ ਆਪ ਨੂੰ ਜਿੱਤ ਲੈਣਾ ਆਪਣੇ ਵਿਕਾਰਾਂ ਤੇ ਕਾਬੂ ਪਾ ਲੈਣਾ ਜਿਨ੍ਹਾਂ ਨੇ ਵਿਕਾਰਾਂ ਤੇ ਕਾਬੂ ਪਾ ਲਿਆ ਮੇਰੇ ਮਾਲਿਕ ਜੀ ਕਹਿੰਦੇ ਉਹ ਖਾਲਸੇ ਨੇ ਆਪਣੇ ਆਪ ਨਾਲ ਜੰਗ ਕਰੋ ਲੜਨਾ ਤੇ ਆਪਣੇ ਆਪ ਨਾਲ ਲੜੋ ਜਿੱਤਣਾ ਤੇ ਆਪਣੇ ਆਪ ਤੋਂ ਜਿੱਤੋ ਕੰਪੀਟੀਸ਼ਨ ਕਰਨਾ ਆਪਣੇ ਆਪ ਨਾਲ ਕਰੋ ਬਾਰ ਦੇ ਯੁੱਧ ਦੇ ਨਾਲ ਬਾਹਰ ਦੇ ਜੰਗ ਨਾਲ ਬਾਹਰ ਦੀ ਲੜਾਈ ਦੇ ਨਾਲ ਸਾਡੇ ਪੱਲੇ ਕੁਝ ਨਹੀਂ ਪੈਣਾ ਪੱਲੇ ਤਾਂ ਸਾਡੇ ਉਦਣ ਪੱਲੇ ਪੈਣਾ ਜਿੱਦਣ ਮੈਂ ਆਪਣੇ ਆਪ ਨਾਲ ਲੜਿਆ ਮਾਲਕ ਜੀ ਕਹਿੰਦੇ ਸ਼ੁਕਰਵਾਰ ਨੂੰ ਕੰਮ ਕਰ ਬਾਹਰ ਦੀਆਂ ਲੜਾਈਆਂ ਛੱਡ ਦੇ ਮੈਨੂੰ ਫਲਾਣੇ ਨੇ ਉਹ ਕਹਤਾ ਮੈਨੂੰ ਢਮਕਾਣੇ ਨੇ ਉਹ ਕਹਤਾ ਨਾ ਜੇ ਲੜਨਾ ਤੇ ਪੁੱਤਰ ਆਪਣੇ ਆਪ ਨਾਲ ਲੜ ਜਦੋਂ ਆਪਣੇ ਆਪ ਨਾਲ ਲੜੇਗਾ ਤੇ ਸਤਪੁਰ ਜੀ ਕਹਿੰਦੇ ਉਦੋਂ ਪਰਮਾਤਮਾ ਦੇ ਚਰਨਾਂ 'ਚ ਪ੍ਰਵਾਨ ਹੋਣਾ ਸਤਿਗੁਰ ਕਹਿੰਦੇ ਜੀ ਸੁਕ੍ਰਿਤ ਸਹਾਰਾ ਜੋ ਇਹ ਬ੍ਰਤ ਚੜ੍ਹੈ ਅੰਨ ਦਿਨ ਆਪ ਆਪ ਸਿਓ ਲੜੇ ਆਪਣੇ ਆਪ ਨਾਲ ਲੜਦਾ ਆ ਉਹ ਸੂਰਮੈ ਦੇਖੋ ਨਾ ਸੂਰਮੇ ਦੀ ਗੱਲ ਗੁਰੂ ਮਾਲਕ ਨੇ ਕੀਤੀ ਆ ਇੱਕ ਤਾਂ ਉਹ ਸੂਰਮੈ ਜੋ ਲੜੈ ਦੀਨ ਕਾ ਹੇਤ ਉਹ ਪਰ ਪਰਵਾਹ ਨਹੀਂ ਕਰਦਾ ਕਿਸੇ ਦੀ ਜੀ ਪੁਰਜਾ ਪੁਰਜਾ ਕੱਟ ਮਰੇਗਾ ਨਾ ਕੋਈ ਫਿਕਰ ਨਹੀਂ ਦੂਜਾ ਸੂਰਮਾ ਉਹ ਆ ਜਿਹੜਾ ਆਪਣੇ ਆਪ ਨੂੰ ਜਿੱਤ ਲਵੇ ਆਤਮ ਜਿਨੇ ਸਗਲ ਵਸ ਤਾਂ ਕਿ ਜਾ ਕਾ ਸਤਗੁਰੂ ਪੂਰਾ ਮਾਲਕ ਜੀ ਕਹਿੰਦੇ ਆਪਣੇ ਆਪ ਨਾਲ ਲੜੋ ਸਤਗੁਰ ਨੇ ਗਾਂ ਕਿਰਪਾ ਕੀਤੀ ਕਹਿੰਦੇ ਸੁਰਖੀ ਪੰਜੋ ਰਾਖੈ ਸਬਾ ਸੁਰਖੀ ਦਾ ਇੱਥੇ ਅਰਥ ਹੈ ਜੇ ਸਾਡੇ ਗਿਆਨ ਇੰਦਰੇ ਸਾਡੇ ਪੰਜ ਗਿਆਨ ਇੰਦਰੇ ਜਿਹੜੇ ਆ ਉਹਨਾਂ ਤੇ ਕਾਬੂ ਪਾ ਲੈਣਾ ਅੱਖਾਂ ਨੂੰ ਕੰਟਰੋਲ ਚ ਕਰਨਾ ਕੰਨਾਂ ਨੂੰ ਕੰਟਰੋਲ 'ਚ ਕਰਨਾ ਜ਼ੁਬਾਨ ਨੂੰ ਕੰਟਰੋਲ 'ਚ ਕਰਨਾ ਹੱਥਾਂ ਪੈਰਾਂ ਨੂੰ ਕੰਟਰੋਲ 'ਚ ਕਰਨਾ ਹੁਣ ਮਾਫ ਕਰਿਓ ਸਾਡੇ ਵਿਦਵਾਨ ਕਹਿੰਦੇ ਆ ਕਿ ਜਿੰਨਾ ਗੰਦ ਅਸੀਂ ਅੱਖਾਂ ਦੇ ਨਾਲ ਇਕੱਠਾ ਕਰਦੇ ਆ ਰੇ ਰੱਬ ਦਾ ਨਾਮ ਉਹ ਕੀ ਅੱਖ ਦੀ ਮਾਰ ਬਹੁਤ ਦੂਰ ਤੱਕ ਹੈ ਕੰਨ ਦੀ ਜਿਹੜੀ ਮਾਰ ਆ ਉਹ ਕੁਝ ਮੀਟਰ ਤੱਕ ਹੈ ਜ਼ੁਬਾਨ ਦੀ ਮਾਰ ਵੀ ਕੁਝ ਮੀਟਰ ਤੱਕ ਹੈ ਪਰ ਅੱਖਾਂ ਦੀ ਮਾਰ ਬਹੁਤ ਦੂਰ ਤੱਕ ਹੈ ਅੱਖਾਂ ਦੇ ਨਾਲ ਬੰਦਾ ਬਹੁਤ ਵਿਕਾਰ ਇਕੱਠੇ ਕਰਦਾ ਹੈ ਕੰਨਾਂ ਦੇ ਨਾਲ ਚੁਗਲੀ ਸੁਣ-ਸੁਣ ਕੇ ਅੰਦਰ ਗੰਦ ਪਾਈ ਜਾਂਦਾ ਹੈ। ਜੀਭ ਨਾਲ ਨਿੰਦਿਆ ਕਰ-ਕਰ ਕੇ ਇਹ ਆਪਣੇ ਅੰਦਰ ਨੂੰ ਗੰਦਾ ਕਰੀ ਜਾਂਦਾ ਹੈ। ਹੱਥਾਂ ਦੇ ਨਾਲ ਕਿਸੇ ਦਾ ਹੱਕ ਖੋਹਦਾ ਤੇ ਮਾੜੇ ਪਾਸੇ ਤੁਰਦਾ ਇਹਨਾਂ ਪੈਰਾਂ ਦੇ ਨਾਲ। ਪੰਜ ਗਿਆਨ ਇਹਦੇ ਕਾਬੂ ਕਿੱਦਾਂ ਕਰਨੇ ਸੀ? ਮਾਲੀ ਜੀ ਕਹਿੰਦੇ ਅੱਖਾਂ ਦੇ ਨਾਲ ਪਰਮਾਤਮਾ ਦੇ ਦਰਸ਼ਨ ਕਰਨੇ ਸੀ। ਕੰਨਾਂ ਦੇ ਨਾਲ ਸਤਿਗੁਰ ਦੀ ਬਾਣੀ ਸੁਣਨੀ ਸੀ। ਜੀਵ ਨਾਲ ਪ੍ਰਮਾਤਮਾ ਦੀ ਉਸਤਤ ਪ੍ਰਮਾਤਮਾ ਦੇ ਗੁਣਾਂ ਨੂੰ ਗੋਣਾ ਸੀ ਹੱਥਾਂ ਦੇ ਨਾਲ ਸਤਿਗੁਰ ਕਹਿੰਦੇ ਦਾਨ ਪੁੰਨ ਕਰਦਾ ਤੇ ਪੈਰਾਂ ਦੇ ਨਾਲ ਚੰਗੇ ਪਾਸੇ ਤੁਰਦਾ ਜਦੋਂ ਇਹ ਪੰਜੇ ਗਿਆਨ ਇੰਦਰੇ ਸਤਿਗੁਰ ਕਹਿੰਦੇ ਭਾਈ ਤੇਰੇ ਕੰਟਰੋਲ ਚ ਰਹਿੰਦੇ ਚੰਗਾ ਕਰਦਾ ਤੇ ਫੇਰ ਸਤਿਗੁਰ ਜੀ ਕਹਿੰਦੇ ਤੂੰ ਕਦੇ ਵੀ ਪ੍ਰਮਾਤਮਾ ਤੋਂ ਦੂਰ ਨਾ ਹੁੰਦਾ ਹੁਣ ਮਸਲਾ ਕਿੱਥੇ ਅੜਿਆ ਆ ਜਦੋਂ ਅੱਖਾਂ ਬੇਕਾਬੂ ਹੋਈਆਂ ਹੋਈਆਂ ਜੀ ਕੰਨ पे ਕਾਬੂ ਆ ਔਰ ਜਦੋਂ ਮੇਰੇ ਜਿਨ੍ਹਾਂ ਨੇ ਮੈਨੂੰ ਤੋੜਨਾ ਆ ਉਹ ਮੇਰੇ ਗਿਆਨ ਇੰਦਰੇ ਮੇਰੇ ਕੈਣੇ ਚ ਨਹੀਂ ਹੈ ਤੇ ਮਾਫ ਕਰਿਓ ਫਿਰ ਜੀਵਨ ਕਿੱਦਾਂ ਦਾ ਹੋਏਗਾ ਪੇ ਜੀਵਨ ਤਾਂ ਤਬਾਹ ਹੋਣ ਵਾਲੀ ਗੱਲ ਹੈ ਇਸੇ ਤਰ੍ਹਾਂ ਸਤਗੁਰੂ ਜੀ ਕਹਿੰਦੇ ਜਦੋਂ ਲੜਨਾ ਹੈ ਤੇ ਆਪਣੇ ਆਪ ਨਾਲ ਲੜਾ ਤੇ ਮੇਰੇ ਮਾਲਕ ਜੀ ਕਹਿੰਦੇ ਜਦੋਂ ਪੰਜੇ ਗਿਆਨ ਇੰਦਰੇ ਤੇਰੇ ਕੰਟਰੋਲ ਚ ਆ ਗਏ ਤੇ ਸਤਗੁਰੂ ਜੀ ਕਹਿੰਦੇ ਉਦੋਂ ਪਰਮਾਤਮਾ ਦੇ ਘਰ ਚ ਤੂੰ ਪਰਵਾਨਿਆ ਜਾਣਾ ਹੈ ਜਦੋਂ ਪੰਜੇ ਗਿਆਨ ਇੰਦਰੀਏ ਤੇਰੇ ਵਸ ਚਾ ਗਏ ਉਦੋਂ ਸੂਰਮਾ ਬਣ ਗਿਆ ਤੂੰ ਉਦੋਂ ਸੂਰਮਾ ਹੋ ਗਿਆ ਸਤਿਗੁਰ ਕਹਿੰਦੇ ਜਦੋਂ ਪੰਜੇ ਗਿਆਨ ਇੰਦਰੀਏ ਵਸ ਚਾ ਗਏ ਫਿਰ ਕੀ ਹੋਇਆ ਜੀ ਤਉ ਦੂਜੀ ਦ੍ਰਿਸ਼ਟਾ ਪੈਸੇ ਕਮੇ ਫਿਰ ਦੂਜੀ ਦ੍ਰਿਸ਼ਟੀ ਤੈਨੂੰ ਨਜ਼ਰ ਨਹੀਂ ਕੋਈ ਆਉਣੀ ਫਿਰ ਕਿੱਦਾਂ ਦਾ ਜੀਵਨ ਮਾਰਨਾ ਜੀ ਭਾਈ ਕਨਈਏ ਵਰਗਾ ਸ਼ਿਕਾਇਤ ਕੀਤੀ ਨਾ ਜਾ ਕੇ ਕਿ ਬਾਪੂ ਅਸੀਂ ਤਾਂ ਦੁਸ਼ਮਣ ਨੂੰ ਮਾਰਦੇ ਆ ਇਹ ਦੁਸ਼ਮਣ ਨੂੰ ਪਾਣੀ ਭਲਾਈ ਜਾਂਦਾ ਹੈ ਤੇ ਭਾਈ ਕਨਈਏ ਨੂੰ ਬੁਲਾਇਆ ਸਤਿਗੁਰ ਕਹਿੰਦੇ ਭਾਈ ਕਨਈਗਾ ਜੀ ਤੁਹਾਡੇ ਬਾਰੇ ਸ਼ਿਕਾਇਤ ਆਈ ਹੈ ਕਿ ਤੁਸੀਂ ਗਦਾਰੀ ਕਰ ਰਹੇ ਹੋ ਧੋਖਾ ਕਰ ਰਹੇ ਹੋ ਸਤਿਗੁਰ ਕਿਹੜਾ ਧੋਖਾ ਇਹ ਦੁਸ਼ਮਣ ਨੂੰ ਮਾਰ ਰਹੇ ਹੋ ਤੇ ਤੁਸੀਂ ਦੁਸ਼ਮਣ ਨੂੰ ਪਾਣੀ ਪਿਲਾ ਰਹੇ ਹੋ ਤੇ ਭਾਈ ਕਨਈਏ ਨੇ ਕਿਹਾ ਸੀਗਾ ਕਹਿੰਦੇ ਸਤਿਗੁਰ ਜੀ ਇਹ ਦੁਸ਼ਮਣ ਨੂੰ ਮਾਰ ਰਹੇ ਆ ਤੇ ਮੈਂ ਦੁਸ਼ਮਣੀ ਨੂੰ ਮਾਰ ਰਿਹਾ ਆ ਧਿਆਨ ਦਿਓ ਇਹ ਦੁਸ਼ਮਣ ਖਤਮ ਕਰ ਰਹੇ ਨੇ ਤੇ ਮੈਂ ਦੁਸ਼ਮਣੀ ਖਤਮ ਕਰ ਰਿਹਾ ਆ ਮਾਲਕ ਜੀ ਕਿਦਾਂ ਸਤਗੁਰ ਨੇ ਪੁੱਛਿਆ ਕਿਦਾਂ ਮਾਲਕ ਤੂਸੀ ਕੋ ਪੜਾਇਆ ਕਿ ਮਾਨਸ ਕੀ ਜਾਤ ਸਬੈ ਇੱਕੋ ਪਛਾਨ ਬੋ ਸਤਗੁਰ ਤੇਰੀ ਗੋਦ ਵਿੱਚ ਬੈਠ ਕੇ ਪੜਿਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੋਨ ਭਲੇ ਕੋ ਬੰਦੇ ਸਤਗੁਰ ਤੂਸੀ ਕੋ ਪੜਾਇਆ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਮਾਲਕ ਸਤਿਗੁਰ ਤੁਸੀਂ ਪੜਾਇਆ ਏਕ ਪਿਤਾ ਏਕ ਸਕੇ ਹਮ ਬਾਰਿਕ ਮਾਲਕ ਜੀ ਤੁਸੀਂ ਉਹ ਪੜਾਇਆ ਕਿ ਸਾਰੇ ਜਿਹੜੇ ਇਹ ਜੀਵ ਨੇ ਮਨੁੱਖ ਨੇ ਇਹ ਪ੍ਰਮਾਤਮਾ ਦੇ ਬਣਾਏ ਹੋਏ ਆ ਮਾਲਕ ਜੀ ਮੈਂ ਜਿਹਦੇ ਵੱਲ ਵੀ ਦੇਖਦਾ ਆ ਉਹ ਮੈਨੂੰ ਉਹਦੇ ਵਿੱਚੋਂ ਤੇਰਾ ਚਿਹਰਾ ਨਜ਼ਰ ਆਉਂਦਾ ਮੈਨੂੰ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ ਮੈਨੂੰ ਤਾਂ ਸਤਗੁਰ ਇਹ ਵਰਤੀ ਬਣ ਗਈ ਨਾ ਕਿ ਨਾ ਕੋ ਵੈਰੀ ਨਹੀਂ ਪੈਗਾਨਾ ਸਗਲ ਸੰਗ ਹਮ ਕੋ ਬਨਾਈ ਤੇ ਮਾਲਕ ਜੀ ਮੈਨੂੰ ਸਾਰਿਆਂ ਪਾਸੇ ਤੁਸੀਂ ਨਜ਼ਰ ਆਉਂਦੇ ਹੋ ਤੇ ਤਾਂ ਕਰਕੇ ਸਤਗੁਰ ਮੈਂ ਇਹ ਸੋਚ ਕੇ ਪਾਣੀ ਨਹੀਂ ਪਿਲਾ ਰਿਆ ਕਿ ਸਾਹਮਣੇ ਵਾਲਾ ਮੇਰਾ ਦੁਸ਼ਮਣ ਹੈ ਮੈਂ ਤਾਂ ਇਹ ਸੋਚ ਕੇ ਪਾਣੀ ਪਿਲਾ ਰਿਆ ਕਿ ਇਹਦੇ ਵਿੱਚ ਵੀ ਰੱਬ ਦੀ ਜੋਤ ਹੈ ਇਹਦੇ ਵਿੱਚ ਵੀ ਰੱਬ ਦੀ ਪਾਈ ਹੋਈ ਆਤਮਾ ਹੈ ਬਸ ਜਿੱਦਣ ਸਾਡੀ ਵਰਤੀ ਇਹ ਬਣ ਗਈ ਸ਼ੁੱਕਰਵਾਰ ਵਾਲੇ ਦਿਨ ਪਹਿਲਾ ਕੰਮ ਇਹ ਕਰ ਲਿਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰਮਾਤਮਾ ਦੀ ਗੱਲ ਨੂੰ ਸਹਾਰਨ ਦਾ ਬਰਤ ਰੱਖ ਲਿਆ ਦੂਜੀ ਗੱਲ ਆਪਣੇ ਆਪ ਨਾਲ ਲੜ ਪਏ ਫਿਰ ਗਿਆਨ ਇੰਦਰੀ ਕੰਟਰੋਲ ਹੋ ਗਏ ਜਦੋਂ ਗਿਆਨ ਇੰਦਰੀ ਕੰਟਰੋਲ ਹੋ ਗਏ ਫਿਰ ਦੂਜੇ ਤੇ ਮੇਰੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਣਾ ਫਿਰ ਮਨੁੱਖ ਦੀ ਬਿਰਤੀ ਬਾਣੀ ਹੈ ਜੀ ਕਿ ਸਭ ਮੈਂ ਜੋਤ ਜੋਤ ਹੈ ਸੋਏ ਤੇ ਸਦਾ ਚਰਨ ਸਭ ਮੈਂ ਸਾਧਨ ਹੋਏ ਸਤਿਗੁਰ ਕਹਿੰਦੇ ਉਦੋਂ ਬਿਰਤੀ ਬਣਨੀ ਹੈ ਸਵਾਪੜੇ ਜੀਵਨ ਵਿੱਚੋਂ ਸਤਿਗੁਰ ਜੀ ਕਹਿੰਦੇ ਪੰਜੇ ਇੰਦਰੀਆਂ ਨੂੰ ਕੰਟਰੋਲ ਕਰਕੇ ਚੱਲੋ ਜਦੋਂ ਕੰਟਰੋਲ ਕਰਕੇ ਚੱਲੋਗੇ ਉਦੋਂ ਮਾਲਿਕ ਜੀ ਕਹਿੰਦੇ ਇਹ ਬਿਰਤੀ ਬਣ ਜਾਣੀ ਹੈ ਕਿ ਦੂਜੇ ਪਾਸੇ ਤੁਹਾਨੂੰ ਕੋਈ ਝਾਤ ਮਾਰਨ ਦੀ ਲੋੜ ਨਹੀਂ ਤੁਹਾਨੂੰ ਸਾਰੇ ਪਾਸੇ ਰੱਬ ਨਜ਼ਰ ਆਣਾ ਜਿੱਦਾਂ ਦੇ ਸਤਿਗੁਰ ਕਹਿੰਦੇ ਕਰਮ ਮਨੁੱਖ ਚੰਗੇ ਕਰਮ ਕਰਨ ਲੱਗ ਦੇਗਾ ਫਿਰ ਮਾੜੇ ਕਰਮਾਂ ਵਾਲੀ ਤੁਰਨਾ ਮਨੁੱਖ ਨੇ ਕਦੋਂ ਜਦੋਂ ਸਤਪੁਰਕਾਂ ਨੇ ਇਹ ਮਿਰਤੇ ਬਣ ਗਏ ਦੇਖੋ ਤੁਸੀਂ ਇਤਿਹਾਸ ਦੇ ਵਰਕੇ ਪੜ ਕੇ ਦੇਖਿਓ ਜੀ ਬੜੀਆਂ ਥਾਵਾਂ ਤੇ ਜਦੋਂ ਸਿੱਖਾਂ ਦਾ ਯੁੱਧ ਹੁੰਦਾ ਸੀ ਨਾ ਜੀ ਜੇ ਦੁਸ਼ਮਣ ਵੀ ਸਿੱਖਾਂ ਦੇ ਹੱਥੋਂ ਮਰਦੇ ਸੀਗੇ ਤੇ ਕਈ ਵਾਰ ਸਿੱਖਾਂ ਨੇ ਉਹਨਾਂ ਦੁਸ਼ਮਣਾਂ ਦੀਆਂ ਲਾਸ਼ਾਂ ਨੂੰ ਸਾਬ ਕੇ ਜੇ ਮੁਸਲਮਾਨ ਹੈ ਤੇ ਮੁਸਲਮਾਨ ਦੀ ਤਰ੍ਹਾਂ ਉਹਨਾਂ ਮਨੁੱਖਾਂ ਦੀਆਂ ਲਾਸ਼ਾਂ ਨੂੰ ਸਾਬ ਕੇ ਦਫਨਾਇਆ ਤੇ ਇੱਜ਼ਤ ਸਨਮਾਨ ਦਿੱਤਾ ਪਤਾ ਕਿਉਂ ਉਹ ਕਿ ਉਹਨਾਂ ਦੇ ਮਨ ਵਿੱਚ ਇਹ ਆਉਂਦਾ ਸੀ ਬੇਸ਼ੱਕ ਇਹ ਦੁਸ਼ਮਣ ਨੇ ਪਰ ਲੜੇ ਬਹਾਦਰੀ ਨਾਲ ਆਪਣੇ ਧਰਮ ਖਾਤਰ ਲੜਿਆ ਆਪਣੀ ਕੌਮ ਖਾਤਰ ਲੜਿਆ ਤੇ ਸਾਡੇ ਗੁਰੂ ਮਾਲਕ ਨੇ ਸਾਨੂੰ ਇਹ ਸਿਖਾਇਆ ਕਿ ਦੂਜੇ ਦਾ ਵੀ ਮਾਨ ਸਨਮਾਨ ਕਰਨਾ ਜੇ ਉਹ ਬਹਾਦਰ ਆ ਉਹਦੇ ਜੋ ਕੋਈ ਗੁਣ ਹੈ ਉਹ ਸਤਗੁਰ ਨੇ ਕਿਰਪਾ ਕੀਤੀ ਕਿ ਜਦੋਂ ਸਾਡੀ ਮਿਰਤੀ ਪੰਜਾਂ ਵਿਕਾਰਾਂ ਦੇ ਵਿੱਚੋਂ ਉੱਠ ਕੇ ਪੰਜਾਂ ਗਿਆਨ ਇੰਦਰੀਆਂ ਨੂੰ ਕੰਟਰੋਲ ਕਰਕੇ ਇਹ ਬਣ ਗਈ ਫਿਰ ਸਾਨੂੰ ਆਪਣੀ ਅੱਖਾਂ ਦੇ ਨਾਲ ਕੋਈ ਦੂਜਾ ਨਜ਼ਰ ਨਹੀਂ ਆਉਣਾ ਸਾਰਿਆਂ ਦੇ ਵਿੱਚ ਇੱਕ ਪ੍ਰਮਾਤਮਾ ਨਜ਼ਰ ਆਉਣਾ ਫਿਰ ਇਹ ਸਾਡੀ ਅਵਸਥਾ ਬਣ ਜਾਣੀ ਹੈ ਕਿ ਸਗਲ ਬਨਸਪਤ ਮੈਂ ਬਸੰਤਰ ਸਗਲ ਦੂਤ ਮੈਂ ਕੀਗਾ ਉੱਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਦੋ ਜੀਗਾ ਫਿਰ ਸਾਰਿਆਂ ਵਿੱਚ ਪ੍ਰਮਾਤਮਾ ਤੁਹੀ ਵਸਿਆ ਆ ਜਿਵੇਂ ਲੱਕੜ ਚਾਗਾ ਤੇ ਸਤਿਗੁਰੂ ਜੀ ਇਸੇ ਤਰ੍ਹਾਂ ਸਾਨੂੰ ਸਮਝ ਆ ਜਾਣੀ ਹੈ ਕਿ ਜਿਵੇਂ ਦੁੱਧ ਦੇ ਵਿੱਚ ਮੱਖਣ ਹੈ ਇਸੇ ਤਰ੍ਹਾਂ ਸਾਰੇ ਮਨੁੱਖਾਂ ਵਿੱਚ ਪਰਮਾਤਮਾ ਤੂੰ ਆਪ ਵਸਿਆ ਹੋਇਆ ਸੋ ਇਹ ਸ਼ੁੱਕਰਵਾਰ ਦਾ ਸਤਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ